ਪ੍ਰਾਈਮ ਸ਼ਾ ਟੀਵੀ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਵਾਲੀਆ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਸ਼ੋਅ ਦੇ ਵਿੱਚ ਅੱਜ ਦੇ ਸ਼ੋਅ ਵਿੱਚ ਫਿਰ ਆਪਾਂ ਪੰਨੂ ਸਾਹਿਬ ਕੋਲੋਂ ਜਾਣਾਂਗੇ ਜੀ ਇਸ ਹਫਤੇ ਦੀਆਂ ਖਾਸ ਖਬਰਾਂ ਪਲੱਸ ਜਿਹੜੀਆਂ ਹੋਰ ਵੀ ਇਸ ਵਕਤ ਘਟਨਾਵਾਂ ਚਰਚਾ ਜਿ ਨਹੀਂ ਉਹਨਾਂ ਘਟਨਾਵਾਂ ਦੇ ਅਗਲੇ ਪਿਛਲੇ ਪਾਸੇ ਸੱਚ ਅਸਲ ਵਿੱਚ ਕੀ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਪੰਨੂ ਸਾਹਿਬ ਜੀ ਦਾ ਪਹਿਲਾ ਸਵਾਲ ਮੈਂ ਤੁਹਾਨੂੰ ਨਾ ਇੱਕ ਅਖਬਾਰ ਦੀ ਇੱਕ ਕਟਿੰਗ ਮੇਰੇ ਕੋਲ ਆ ਜੀ ਇਹਦੇ ਨਾਲ ਸੰਬੰਧਿਤ ਪੁੱਛਣਾ ਤੇ ਵੈਸੇ ਤਾਂ ਕਿਹਾ ਜਾਂਦਾ ਹੈ ਕਿ ਵੀ ਉਹਨਾਂ ਨੇ ਕਈ ਸਾਲ ਜੇਲ੍ਹ ਕੱਟੀ ਹੈ ਜੀ ਸ਼ਨੀ 17-17 ਸਾਲ ਦੀ ਜੇਲ੍ਹ ਦੀ ਵੀ ਗੱਲ ਆਉਂਦੀ ਹੈ ਪਰ ਇਹਦੇ ਚ ਇਹ ਦੱਸਿਆ ਵੀ ਉਹਨਾਂ ਸਿਰਫ 110 ਦਿਨ ਜੇਲ੍ਹ ਕੱਟੀ ਹੈ ਤੇ ਸੱਤ ਮਾਮਲਿਆਂ ਦੇ ਵਿੱਚ ਕੱਟੀ ਉਹ ਮਾਮਲੇ ਵੀ ਉਹਨਾਂ ਨੇ ਬੜੇ ਅਜੀਬੋ ਗਰੀਬ ਜਿਹੇ ਦੱਸੇ ਨੇ ਮੈਂ ਚਾਹੁੰਦਾ ਸੀ ਤੁਸੀਂ ਜ਼ਰੂਰ ਇਸ ਖਬਰ ਦਾ ਸੱਚ ਸਾਡੇ ਨਾਲ ਸਾਂਝਾ ਕਰੋ ਹਾਂ ਗੁਰਪ੍ਰੀਤ ਜੀ ਮੈਨੂੰ ਤਾਂ ਇਹ ਖਬਰ ਵੇਖਣ ਦੀ ਵੀ ਬਹੁਤੀ ਲੋੜ ਨਹੀਂ ਜੀ ਕਿਉਂਕਿ ਬਾਦਲ ਸਾਹਿਬ ਪਹਿਲੀ ਵਾਰੀ 1975 ਚ ਜੇਲ੍ਹ ਚ ਗਏ ਜੀ ਐਮਰਜੈਂਸੀ ਲੱਗੀ ਉਦੋਂ ਅਸੀਂ ਸਮਾਜੀ ਜੀਵਨ ਚ ਆ ਚੁੱਕੇ ਸਾਂ ਤੇ ਸਾਨੂੰ ਪਤਾ ਜੀ ਉਦੋਂ ਪਹਿਲਾਂ ਇਹਨੇ ਕਦੇ ਕੱਟੀ ਨਹੀਂ ਜੀ ਜੇ ਕੱਟੀ ਹੋਵੇ ਤੇ ਕਿਸੇ ਨੂੰ ਪਤਾ ਨਹੀਂ ਅੱਛਾ ਉਸ ਵਕਤ ਜਿਹੜੀ ਇਹਨੇ ਕੱਟੀ ਉਹਦੇ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਮੌਕਾ ਬਣਿਆ ਸਭ ਕੁਝ ਅਸੀਂ ਉਸ ਸਮੇਂ ਦੇ ਨਾਲ ਨਾਲ ਵੇਖਿਆ ਹੋਇਆ ਜੀ ਇਹਦੇ ਚ ਬਹੁਤ ਸਾਰੀਆਂ ਗਲਤਫਹਿਮੀਆਂ ਨੇ ਆੜੀ ਰਿਪੋਰਟ ਹੈ ਰਿਪੋਰਟ ਜਿਹਨੇ ਅਸੀਂ ਬਣਾਈ ਆ ਉਨੇ ਬੜੀ ਮਿਹਨਤ ਨਾਲ ਬਣਾਈ ਹੈ ਮੈਂ ਰਿਪੋਰਟ ਪੜ ਚੁੱਕਾ ਜੀ ਰਾਈਟ ਟੂ ਇਨਫੋਰਮੇਸ਼ਨ ਐਕਟ ਦੀ ਵਰਤੋਂ ਵੀ ਉਹਨੇ ਕੀਤੀ ਹੈ ਤੇ ਬੜੀ ਸਮਝਦਾਰੀ ਨਾਲ ਕੀਤੀ ਹੈ ਪਰ ਜਿਹੜੇ ਜਵਾਬ ਦੇਣ ਵਾਲੇ ਆ ਉਹਨਾਂ ਕੋਲ ਸਾਰਾ ਜਵਾਬ ਹੈ ਨਹੀਂ ਸੀ ਜੀ ਸੱਚਾਈ ਸਾਨੂੰ ਪਤਾ ਇਹਦੇ ਵਿੱਚ ਲਿਖਿਆ ਕਿ ਐਮਰਜੈਂਸੀ ਵੇਲੇ ਬਾਦਲ ਸਾਹਿਬ ਨੂੰ ਫੜਿਆ ਗਿਆ ਤੇ ਉਹਨਾਂ ਦੀ ਜੇਲ ਇੱਕ ਦਿਨ ਸੱਚੀ ਗੱਲ ਇਹ ਨਹੀਂ ਜੀ ਇੱਕ ਦਿਨ ਰੱਖਿਆ ਗਿਆ ਸੀ ਪਰ ਪੰਜਾਬ ਦੀ ਜੇਲ੍ਹ ਚ ਰੱਖਿਆ ਗਿਆ ਸੀ ਮੁਣਕੇ ਪੰਜਾਬੋਂ ਬਾਹਰ ਭੇਜ ਦਿੱਤਾ ਗਿਆ ਤੇ ਪੰਜਾਬ ਦੇ ਜੇਲ੍ਹ ਵਿਭਾਗ ਕੋਲ ਦੀ ਇਨਫੋਰਮੇਸ਼ਨ ਹੀ ਨਹੀਂ ਜੀ ਚੰਦਰ ਸ਼ੇਖਰ ਯੂਪੀ ਦਾ ਲੀਡਰ ਸੀ ਕਾਂਗਰਸੀ ਸੀ ਇੰਦਰਾ ਗਾਂਧੀ ਨਾਲ ਝਗੜਾ ਸੀ ਉਹਨੂੰ ਚੁੱਕ ਕੇ ਜੇਲ੍ਹ ਚ ਪਾਤਾ ਪਰ ਉਹਨੂੰ ਉੱਥੇ ਨਹੀਂ ਰੱਖਿਆ ਪਟਿਆਲੇ ਲਿਆਂਦਾ ਸੀ ਜੀ ਬਾਹਰ ਦੇ ਪੰਜਾਬ ਚ ਲਿਆਂਦੇ ਸੀ ਪੰਜਾਬ ਦੇ ਲੀਡਰ ਬਾਹਰ ਭੇਜ ਦਿੱਤੇ ਸੀ ਪ੍ਰਕਾਸ਼ ਸਿੰਘ ਬਾਦਲ ਦੀ ਉਦੋਂ ਦੀ ਜੇਲ੍ਹ 19 ਮਹੀਨੇ ਦੇ ਥੋੜੇ ਜਿ ਦਿਨ ਕੱਟਿਆ अच्छा यानी कि डेढ़ साल ਤੋਂ ਮਹੀਨਾ ਕੁ ਉੱਪਰ ਹੋ ਗਿਆ ਮਹੀਨਾ ਨਹੀਂ ਥੋੜੇ ਦਿਨ ਉੱਪਰ डेढ़ साल ਤੋਂ ਥੋੜੇ ਦਿਨ ਉੱਪਰ اچھا ਜੀ ਪਰ ਇੱਕ ਦਿਨ ਵਾਲੀ ਗੱਲ ਗਲਤ ਆ ਕਿਉਂਕਿ ਪੰਜਾਬ ਤੋਂ ਬਾਹਰ ਭੇਜਦਾ ਸੀ ਜਿਹੜਾ ਕਹਿੰਦੇ ਆ ਕਿ 110 ਦਿਨ ਕੁੱਲ ਜੀ ਉਹ ਤਾਂ ਇੱਥੇ ਕੱਟੇ ਜਾਂਦੇ ਆ ਕਿ ਜੇ डेढ़ ਸਾਲ ਹੋ ਗਿਆ ਜੀ ਤੇ 500 ਦਿਨ ਤਾਂ ਐਨੇ ਚ ਹੀ ਬਣ ਜਾਂਦੇ ਆ ਜੀ ਦੂਸਰਾ ਪੱਖ ਇਹ ਕਿ ਸੁਖਵੀਰ ਸਿੰਘ ਬਾਦਲ ਜਦੋਂ ਬੋਲਦਾ ਮੇਰਾ ਪਿਤਾ ਬਾਪ ਮਰਾ ਜਿਹੜਾ ਉਹ ਪੰਜਾਬ ਦਾ ਤੇ ਭਾਰਤ ਦਾ ਨੈਲਸਨ ਮੰਡੇਲਾ ਇਹਨੂੰ ਪਤਾ ਹੀ ਨਹੀਂ ਜੀ ਨੈਲਸਨ ਮੰਡੇਲਾ ਦੀ 27 ਸਾਲ ਦੀ ਕੈਦ ਆ ਜੀ ਤੇ ਬਾਦਲ ਸਾਹਿਬ ਦੀ ਧੰਨੀ ਹੈਗੀ ਇਹ ਰੱਖਣਾ ਕਿ ਮੇਰੇ ਪਿਤਾ ਨੇ ਇੰਨੀ ਕੈਦ ਕੱਟੀ ਆ ਨੈਲਸਨ ਮੰਡੇਲਾ ਜਿੰਨੀ ਜੀ ਜਿੰਨੇ ਉਹਦੇ ਸਾਲ ਆ ਉਹਦੇ ਨਾਲੋਂ ਥੋੜੇ ਜਿਹਾ ਵੱਧ ਮਹੀਨੇ ਬਾਦਲ ਸਾਹਿਬ ਦੇ ਬਣਦੇ ਆ ਜੀ ਕਹਿੰ ਲੱਗਾ ਸੁਖਬੀਰ ਸੋ ਬਾਦਲ ਨੂੰ ਵੀ ਸੋਚਣਾ ਚਾਹੀਦਾ ਉਹਦੀ ਵੇਖੋ ਵੇਖੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਆ ਕੇ ਪੰਜਾਬ ਚ ਦੁਵਾਰੀ ਕਹਿਤਾ ਪੰਜਾਬ ਕੇ ਨੈਲਸਨ ਮੰਡੇਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਓ ਸੋਚਣਾ ਚਾਹੀਦਾ ਥੋੜਾ ਜਿਹਾ ਜੀ ਮੁਆਫ ਕਰਨਾ ਨੈਲਸਨ ਮੰਡੇਲਾ ਨੇ ਨਸਲਵਾਦ ਦੇ ਖਿਲਾਫ ਕੈਦ ਕੱਟੀ ਸੀ ਤੇ ਉੱਥੇ ਗੋਰਿਆਂ ਦਾ ਰਾਜ ਸੀ ਤੇ ਉਹਨੂੰ ਕੈਦ ਵਿੱਚ ਜ਼ਲੀਲ ਕੀਤਾ ਗਿਆ ਭੁੰਜੇ ਸਵਾਇਆ ਗਿਆ ਦਰੀ ਤੱਕ ਨਹੀਂ ਦਿੱਤੀ ਗਈ ਤੇ ਬਾਦਲ ਸਾਹਿਬ ਆਹਡੀ ਲਿਸਟ ਤੁਹਾਡੇ ਕੋਲ ਪਈ ਹੈ ਨਾ ਜੀ ਇਹਦੇ ਤੁਸੀਂ ਪੜੋਗੇ ਮੇਰਾ ਖਿਆਲ ਚੌਥੇ ਜਾਂ ਪੰਜਵੇਂ ਥਾਂ ਤੇ ਜਾ ਕੇ ਆਉਂਦਾ ਕਿ ਉਹਨਾਂ ਨੂੰ ਪਠਾਨਕੋਟ ਜੇਲ੍ਹ ਚ ਰੱਖਿਆ ਗਿਆ ਜੀ ਉਹ ਜੇਲ੍ਹ ਪਠਾਨਕੋਟ ਨਹੀਂ ਗਈ ਪਠਾਨਕੋਟ ਦੀ ਸਭ ਜੇਲ੍ਹ ਆ ਤੇ ਉਹ ਸਭ ਜੇਲ੍ਹ ਕਿੱਥੇ ਆ ਸਰਕਾਰ ਕੋਲ ਜੇਲ੍ਹ ਵਿਭਾਗ ਕੋਲੇ ਅਧਿਕਾਰ ਹੁੰਦਾ ਕਿ ਅਦਾਲਤ ਨੂੰ ਕਹਿ ਕੇ ਕਿਸੇ ਸਕੂਲ ਨੂੰ ਸਭ ਜੇਲ੍ਹ ਬਣਾ ਲਵੇ ਕਿਸੇ ਹਸਪਤਾਲ ਨੂੰ ਬਣਾ ਦੇ ਜਦੋਂ ਅਸੀਂ ਪਠਾਨਕੋਟ ਤੋਂ ਡਲੌਜੀ ਨੂੰ ਜਾਣਦੇ ਆ ਤੇ ਰਸਤੇ 'ਚ ਜਾ ਕੇ ਦਨੇਰੇ ਕੋਲ ਜਿੱਥੇ ਹੱਦ ਆਉਂਦੀ ਹੈ ਦੋਵਾਂ ਦੀ ਉਹਦੇ ਤੋਂ ਅੱਗੇ ਹਿਮਾਚਲ ਦੇ ਵਿੱਚ ਇੱਕ ਰੈਸਟ ਹਾਊਸ ਹੈ ਉਹ ਜਦੋਂ ਵਨ ਡੋਏ ਹਿਮਾਚਲ ਨਾਲ ਤੇ ਉਹ ਹਿਮਾਚਲ ਦਾ ਬਣਦਾ ਸੀ ਜੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਤੇ ਸਾਡੇ ਵਾਲੇ ਚਲਾਈ ਗਏ ਤੇ ਉਹਨਾਂ ਨੂੰ 10 ਸਾਲ ਬਾਅਦ ਪਤਾ ਲੱਗਾ ਕਿ ਸਾਡੀ ਹੱਦ 'ਚ ਮੁੜ ਕੇ ਲੈ ਨਹੀਂ ਸਕੇ ਉਹ ਅੱਜ ਵੀ ਹੈਗਾ ਹਿਮਾਚਲ ਵਿੱਚ ਹੈ ਪਰ ਮਾਲਕੀ ਪੰਜਾਬ ਦੀ ਹੈ ਦੋ ਕਮਰਿਆਂ ਦਾ ਖੂਬਸੂਰਤ ਪਹਾੜੀ ਦੇ ਸਿਖਰ ਤੇ ਬਣਿਆ ਰੈਸਟ ਹਾਊਸ ਹੈ ਉਹਨੂੰ ਸਬਜ਼ੀਲ ਬਣਾ ਕੇ ਉਹਦੇ ਬਾਹਰ ਉੱਚੀ ਪਹਾੜੀ ਦੇ ਉੱਤੇ ਇੱਕ ਬੜਾ ਸੋਹਣਾ ਥੜਾ ਬਣਾਇਆ ਗਿਆ ਮੰਚ ਬਣਾਇਆ ਗਿਆ ਉਹਦੇ ਉੱਤੇ ਕੁਰਸੀਆਂ ਲਗੀਆਂ ਗਈਆਂ ਉੱਤੇ ਛਤਰੀ ਜਿਹੜੀ ਅੰਬ੍ਰੇਲਾ ਲਾਇਆ ਗਿਆ ਬਾਦਲ ਸਾਹਿਬ ਨੇ ਉੱਥੇ ਕੈਦ ਗੱਟੀ ਸੀ ਉਹ ਜਿਹਨੂੰ ਪਠਾਨਕੋਟ ਕਹਿੰਦੇ ਆ ਅੱਛਾ ਇਹ ਇਹ ਜਿਹੜੀ ਲਿਸਟ ਆ ਇਹਦੇ ਚ ਇੱਕ ਗਲਤੀ ਹੋਰ ਹੈ ਜੀ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਜਿਸ ਦਿਨ ਸ਼ਾਮ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਾਰੇ ਪਤਾ ਲੱਗ ਗਿਆ ਕਿ ਉਹਦੀ ਮੌਤ ਹੋ ਚੁੱਕੀ ਆ ਸਰਕਾਰ ਨੇ ਇਹ ਡਿਕਲੇਅਰ ਕਰ ਦਿੱਤਾ ਕਿ ਡੈਡ ਬੜੀ ਮਿਲ ਗਈ। ਉਸ ਦਿਨ ਸ਼ਾਮ ਨੂੰ ਬਾਦਲ ਸਾਹਿਬ ਨੇ ਚੰਡੀਗੜ੍ਹ ਆ ਕੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਕਰਨ ਵੇਲੇ ਮੁਖਸਰ ਤੋਂ ਆਏ ਸਨ। ਆਖਿਆ ਸੀ ਮੈਂ ਜੁਫੀ ਤੋਂ ਆਇਆ। ਅਸਲ 'ਚ ਮੁਖਸਰ ਤੋਂ ਆਏ ਸਨ। ਇੱਥੇ ਆ ਕੇ ਤੇ ਇਹਨਾਂ ਨੇ ਇੱਕ ਸੱਦਾ ਦਿੱਤਾ ਸੀ ਕਿ ਮੈਂ ਫੌਜ ਵਿੱਚਲੇ ਸਿੱਖਾਂ ਨੂੰ ਸੱਦਾ ਦਿੰਨਾ ਕਿ ਇਸ ਵੇਲੇ ਧਰਮ ਖਾਤਰ ਜਾਨ ਵਾਰਨ ਦਾ ਮੌਕਾ ਹੈ। ਤੇ ਉਹਦੇ ਤੋਂ 2 ਘੰਟੇ ਬਾਅਦ ਇਹਨਾਂ ਨੂੰ ਫੜ ਕੇ ਲੈ ਗਏ। ਆਹ ਸਾਰੀ ਲਿਸਟ ਵਿੱਚ ਉਹਦਾ ਜ਼ਿਕਰ ਹੀ ਨਹੀਂ। ਕੀ ਆਪਰੇਸ਼ਨ ਬਲੂ 스타 ਵੇਲੇ 1984 ਚ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਸੀ। ਜੀ। ਇਹ ਲਿਸਟ ਅਧੂਰੀ ਆ। ਹਮਮ ਜਿਹੜੇ ਬਾਦਲ ਸਾਹਿਬ ਦੀ ਜੇਲ ਹੈ। ਮੇਰੇ ਆਪਣੇ ਹਿਸਾਬ ਨਾਲ 5 5.5 ਸਾਲ ਬਣਦੀ ਆ। ਅੱਛਾ ਜੀ। 27 ਸਾਲ ਨਹੀਂ ਬਣਦੀ। ਪਰ 110 ਦਿਨ ਵੀ ਨਹੀਂ ਬਣਦੀ। ਜੀ। ਉਹਨਾਂ ਦੀ ਜੇਲ ਉਹਨਾਂ ਕੁਝ ਜਾ ਕੇ ਕੋਇੰਬਟੂਰ ਚ ਕੱਟੀ ਦੱਖਣ ਭਾਰਤ ਵਿੱਚ। ਜੀ। ਜਿੱਥੇ ਇਹਨਾਂ ਦੀ ਕੋਈ ਪਛਾਣ ਨਹੀਂ ਸਮਝਦਾ। ਕੁਝ ਉਹਨਾਂ ਨੇ ਡੇਰਾ ਦੂਨ ਦੇ ਲਾਗੇ ਕੱਟੀ ਜਾ ਕੇ। ਉੱਥੋਂ ਦੀ ਜਿਲ੍ਹੇ ਚ। ਹਮਮ ਉਹ ਪੰਜਾਬ ਤੋਂ ਬਾਹਰ ਲੀਆ ਜਿਲ੍ਹਾ ਚ ਕਿੰਨੇ ਕਿੰਨਿਆਂ ਦਾ ਕੈਦ ਕੱਟੀ ਆ ਕਿੰਨਾ ਸਮਾਂ ਰਹਿ ਉਹ ਸਾਰਾ ਇਹਦੇ ਚ ਜ਼ਿਕਰ ਨਹੀਂ ਲੱਭਦਾ ਜੀ 1984 ਚ ਵੀ ਜਦੋਂ ਚੰਡੀਗੜ੍ਹ ਤੋਂ ਉਹਨਾਂ ਨੂੰ ਫੜਿਆ ਗਿਆ ਆਪਰੇਸ਼ਨ ਬਲੂ ਸਟਾਰ ਵੇਲੇ ਤੇ ਫੜ ਕੇ ਬਾਹਰ ਭੇਜ ਦਿੱਤਾ ਗਿਆ ਪੰਜਾਬ ਤੋਂ ਉਹਦਾ ਜ਼ਿਕਰ ਇਹ ਚੈਸ ਕਰਕੇ ਨਹੀਂ ਕਿਉਂਕਿ ਪੰਜਾਬ ਚ ਰੱਖਿਆ ਨਹੀਂ ਸੀ ਜੇ ਪੰਜਾਬ ਤੋਂ ਪਰੇ ਚੰਡੀਗੜ੍ਹ ਬਡਲ ਜੇਰ ਵੀ ਲੈ ਜਾਂਦੇ ਜਾਂ ਅੰਬਾਲਾ ਵੀ ਲੈ ਜਾਂਦੇ ਤੇ ਪੰਜਾਬ ਦੇ ਜੇਲ੍ਹ ਵਿਭਾਗ ਕੋਲ ਉਹਦਾ ਕੋਈ ਰਿਕਾਰਡ ਨਹੀਂ ਸੀ ਹੋਣਾ ਕਿਉਂਕਿ ਗ੍ਰਿਫਤਾਰੀ ਵੀ ਚੰਡੀਗੜ੍ਹ ਵਿੱਚ ਆ ਤੇ ਰੱਖਿਆ ਵੀ ਪਰੇ ਗਿਆ ਇਸ ਕਰਕੇ ਇਹ ਲਿਸਟ ਅਧੂਰੀ ਆ ਫਿਰ ਮੈਂ ਕਹਾਂ ਕਿ ਜਿਹੜੇ ਪੱਤਰਕਾਰ ਨੇ ਬਣਾਈ ਆ ਉਹਨੇ ਮਿਹਨਤ ਬਹੁਤ ਕੀਤੀ ਆ ਹੁਣ ਥੋੜੀ ਜੀ ਮਿਹਨਤ ਹੋਰ ਕਰੇ ਤੇ ਨਰਸਨ ਮੰਡੇਲਾ ਵਾਲੇ 27 ਸਾਲ ਦਾ ਸੱਚ ਵੀ ਕੱਢ ਸਕਦਾ ਪਰ ਉਹਨੂੰ ਮਿਹਨਤ ਕਰਨੀ ਪਊ ਉਦਾਂ ਕੁਝ ਲੋਕ ਹੈਗੇ ਆ ਜਿਨ੍ਹਾਂ ਕੋਲ ਸਾਰਾ ਰਿਕਾਰਡ ਹੈਗਾ ਪੰਜਾਬ ਚ ਤਿੰਨ ਜਾਂ ਚਾਰ ਪੱਤਰਕਾਰ ਆ ਜਿਨ੍ਹਾਂ ਕੋਲ ਸਾਰਾ ਰਿਕਾਰਡ ਹੈਗਾ ਜੀ ਪਰ ਉਹਦਾ ਦੂਸਰਾ ਸਵਾਲ ਮੈਂ ਪੁੱਛਣਾ ਚਾਹਣਾ ਤੁਹਾਨੂੰ ਨਿਤਨ ਗਟਕਰੀ ਸਾਹਿਬ ਨਾਲ ਸੰਬੰਧਿਤ ਹੈ ਕਹਿੰਦੇ ਇੱਕ ਸਮਾਗਮ ਚ ਗਏ ਸੀਗੇ ਤੇ ਨਿਤਨ ਗਟਕਰੀ ਜੀ ਇੰਦਰਾ ਗਾਂਧੀ ਜੀ ਦੀ ਤਾਰੀਫ ਕਰੀ ਗਏ ਬਹੁਤ ਤਰੀਫ ਕਰਤੀ ਤੇ ਉਸ ਤੋਂ ਬਾਅਦ ਭਾਜਪਾਲੇ ਚੁੱਪ ਨੇ ਇਹ ਕੀ ਚੀਜ਼ ਹੋਈ ਭਾਜਪਾ ਤੇ ਆਰਐਸਐਸ ਦੇ ਵਿਚਾਲੇ ਥੋੜੇ ਜਿਖ ਖਿੱਚੋ ਤਾਣਾ ਇਸ ਵੇਲੇ ਚੱਲਦੀ ਪਈ ਹੈ ਜੀ ਨਿਤਿਨ ਗੜਕਰੀ ਉਹ ਬੋਲਦਾ ਜੋ ਭਗਵਤ ਸਾਹਿਬ ਕਹਿੰਦੇ ਆ ਆਰਐਸਐਸ ਦੇ ਮੁਖੀ ਕਹਿੰਦੇ ਆ ਜੀ ਪਿਛਲਿਆਂ ਦਿਨਾਂ ਚ ਨਿਤਿਨ ਗੜਕਰੀ ਨੇ ਮਹਾਰਾਸ਼ਟਰ ਚ ਜਾ ਕੇ ਇਹ ਵੀ ਆਖਿਆ ਸੀ ਜਿਹੜੇ ਲੋਕ ਹੁਣ ਤੱਕ ਭਾਜਪਾ ਦੀਆਂ ਸਾਰੀਆਂ ਜਿੱਤਾਂ ਦਾ ਸਿਰਾ ਲੈਂਦੇ ਸੀ ਹੁਣ ਜੇ ਤਿੰਨ ਰਾਜਾਂ ਚ ਅਸੀਂ ਹਾਰ ਗਏ ਤਾਂ ਉਸ ਹਾਰ ਦਾ ਵੀ ਜਿਵੇਂ ਆਪਣੇ ਸਿਰ ਲੈਣਾ ਚਾਹੀਦਾ ਉਹ ਕਿਹਦੀ ਵੱਲ ਇਸ਼ਾਰਾ ਸੀ ਨਰਿੰਦਰ ਮੋਦੀ ਤੇ ਅਮਿਤ ਸ਼ਾਵਲ ਜੀ ਹੁਣ ਵੀ ਉਹ ਆਨੇ ਬਾਨੇ ਇਹਨਾਂ ਨੂੰ ਸ਼ੇਰਨਵਾਤੇ ਉਹਨੇ ਸਿਫਤਾਂ ਕਿਧੀਆਂ ਕੀਤੀਆਂ ਇੰਦਰਾ ਗਾਂਧੀ ਕੱਲੀ ਦੀਆਂ ਨਹੀਂ ਹੂੰ ਹੂੰ ਇੰਦਰਾ ਗਾਂਧੀ ਬਾਰੇ ਆਖਿਆ ਕਹਿੰਦੇ ਜੀ ਹੁਣ ਹਰ ਕੋਈ ਰਿਜ਼ਰਵੇਸ਼ਨ ਮੰਗਦਾ ਸਰਕਾਰ ਵੀ ਰਿਜ਼ਰਵੇਸ਼ਨ ਦੇਈ ਜਾਂਦੀ ਹੈ ਇਹਦਾ ਮਤਲਬ ਸਰਕਾਰ ਦੀ ਰਿਜ਼ਰਵੇਸ਼ਨ ਜਿਹੜੀ ਨਵੀਂ ਦਿੱਤੀ ਹੈ ਉਹਨੂੰ ਗਲਤ ਕਹਿਤਾ ਦੂਜਾ ਇੰਦਰਾ ਗਾਂਧੀ ਰਿਜ਼ਰਵੇਸ਼ਨ ਤੋਂ ਬਿਨਾਂ ਹੀ ਉਹਨੇ ਔਰਤਾਂ ਵਾਸਤੇ ਰਿਜ਼ਰਵੇਸ਼ਨ ਨਹੀਂ ਮੰਗੀ ਪਰ ਮਰਦ ਆਗੂਆਂ ਤੋਂ ਵੀ ਅੱਗੇ ਨਿਕਲ ਗਈ ਸੀ ਉਹਦੀ ਸਿਫਤ ਕਰਤੀ ਤੀਜੀ ਸਿਫਤ ਕੀਤੀ ਪਾਰਲੀਮੈਂਟ ਦੀ ਸਪੀਕਰ ਜਿਹੜੀ ਐਸ ਵੇਲੇ ਸਾਡੇ ਕੋਲ ਸੁਮਿਤਰਾ ਮਹਾਜਨ ਉਹਨਾਂ ਦੀ ਜੀ ਚਲੋ ਉਹ ਤਾਂ ਸਤਿਕਾਰ ਦੇ ਤੌਰ ਤੇ ਕਰ ਦਿੱਤੀ ਜਾਣ ਬੁਝ ਕੇ ਸਿਫਤ ਕੀਤੀ ਸੁਸ਼ਮਾ ਸਵਰਾਜ ਦੀ ਜਾਣ ਬੁਝ ਕੇ ਸਿਫਤ ਕੀਤੀ ਵਸੁੰਧਰਾ ਰਾਜੇ ਦੀ ਉਹ ਦੋਵੇਂ ਹੀ ਉਹ ਆ ਜਿਹੜੀਆਂ ਨਾ ਨਰਿੰਦਰ ਮੋਦੀ ਨੂੰ ਮਤਲਬ ਲੀਡਰ ਜਪਦੀਆਂ ਨੇ ਨਾ ਅਮਿਤ ਸ਼ਾਹ ਨੂੰ ਉਹਨਾਂ ਦੋਵਾਂ ਨੇ ਪਿਛਲੇ ਸਮੇਂ 'ਚ ਇਹਨਾਂ ਦੋਵਾਂ ਦਾ ਰਸਤਾ ਕੱਟਣ 'ਚ ਕੋਈ ਕਸਰ ਨਹੀਂ ਛੱਡੀ ਉਹ ਜਿਹੜੀ ਅਸੀਂ ਉਹਨਾਂ ਦੋਵਾਂ ਦੀ ਸਿਫਤ ਜਦੋਂ ਨਿਤਨ ਘੜਕਰੀ ਕਰਦਾ ਅਸਰ ਵਿੱਚ ਉਹ ਸਿਫਤ ਨਹੀਂ ਕਰ ਰਿਹਾ ਨਾ ਇੰਦਰਾ ਗਾਂਧੀ ਦੀ ਕਰ ਰਿਹਾ ਨਾ ਸੁਸ਼ਮਾ ਦੀ ਕਰ ਰਿਹਾ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਅੰਦਰ ਸੰਗ ਪਰਿਵਾਰ ਦਾ ਇੱਕ ਮੈਸੇਜ ਇੱਕ ਸੁਨੇਹਾ ਜਿਹੜਾ ਨਾ ਉਹ ਦੇ ਰਿਹਾ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਇਕੱਲੇ ਨਹੀਂ ਜਦੋਂ ਉਹਦਾ ਬਿਆਨ ਆਇਆ ਇੰਦਰਾ ਗਾਂਧੀ ਦੀ ਸਿਫਤ ਕੀਤੀ ਹੈ ਸੁਸ਼ਮਾ ਸੋਭਰਾਜ ਤੇ ਵਸੁੰਧਰਾਏ ਦੀ ਕੀਤੀ ਉਸੇ ਵਕਤੇ ਆਰਐਸਐਸ ਦੇ ਇੱਕ ਲੀਡਰ ਸੰਗਪ੍ਰਿਆ ਗੋਤਮ ਦਾ ਬਿਆਨ ਆਇਆ ਉਹ ਕਨਾਂ ਭਾਜਪਾ ਹੁਣ ਕੋਈ ਲੋਕਤਤਰੀ ਪਾਰਟੀ ਹੈ ਇਹਦੇ ਵਿੱਚ ਸੁਰਤ ਤੋਂ ਦੋ ਬੰਦਾ ਦੀ ਪਾਰਟੀ ਚੱਲਦੀ ਹੈ ਉਹਨਾਂ ਦੀ ਮਰਜ਼ੀ ਚੱਲਦੀ ਹੈ ਇੱਕ ਨਰਿੰਦਰ ਮੋਦੀ ਹੈ ਤੇ ਕਮਿਤਸਿਆ ਬਾਕੀ ਲੋਕਾਂ ਤੇ ਸਮਝਦੇ ਕੱਖ ਨਹੀਂ ਹੁਣ ਆਹ ਗੱਲ ਸੰਗਪ੍ਰਿਆ ਗੋਤਮ ਵੱਲੋਂ ਉਸੇ ਦਿਨ ਕਹਿਣੀ ਜਿਸ ਦਿਨ ਨਿਤਨ ਗੜਕਰੀ ਅਟੈਕ ਕਰ ਰਿਆ ਜੀ ਸੰਗਪ੍ਰਿਆ ਗੋਤਮ ਆਰਐਸਐਸ ਦਾ ਤੇ ਨਿਤਨ ਗੜਕਰੀ ਆਰਐਸਐਸ ਦੇ ਹੈੱਡਕੁਆਰਟਰ 나ਗਪੁਰ ਦਾ ਜੀ ਤੇ ਜਦੋਂ ਆਰਐਸਐਸ ਦੇ ਹੈੱਡਕੁਆਰਟਰ 'ਚ ਰੈਨੋਵੇਸ਼ਨ ਹੋਈ ਸੀ ਇਹ ਮਹਾਰਾਸ਼ਟਰ ਦਾ ਮੰਤਰੀ ਹੁੰਦਾ ਸੀ ਤੇ ਸਾਰਾ ਇਹੋ ਜ਼ਿੰਮੇਵਾਰੀਆਂ ਐਨਐਸ ਸੰਭਾਲੀਆਂ ਸੀ ਆਰਐਸਐਸ ਦੀ ਲੀਡਰ ਦੇ ਸਭ ਦੇ ਲੀਡਰਸ਼ਿਪ ਦੇ ਸਭ ਤੋਂ ਵੱਧ ਜੇ ਕੋ ਨੇੜੇ ਗਿਣਿਆ ਜਾਂਦਾ ਤਾਂ ਨਿਤਨ ਗੜਕਰੀ ਐ ਇਸ ਵੇਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਤਿਆਰ ਐਸਐਸ ਦੇ ਵਿੱਚ ਇੱਕ ਮੁੜ ਵਿਚਾਰ ਦੀ ਭਾਵਨਾ ਚੱਲਦੀ ਪਈ ਐ ਕਿ ਜੇ ਇਹੋ ਦੋਵੇਂ ਲੀਡਰ ਰਹਿ ਤੇ ਜਿਸ ਤਰ੍ਹਾਂ ਮੈਂ ਹੀ ਮੈਂ ਹਰ ਥਾਂ ਦੇ ਉੱਤੇ ਉਹ ਕਹਿੰਦੇ ਆ ਕਿ ਅਸੀਂ ਅਸੀਂ ਰਹੀਏ ਉਹਦੇ ਮੁਕਾਬਲੇ ਦੇ ਉੱਤੇ ਇੱਕ ਨਵੀਂ ਤਾਰਾ ਜਿਹੜੀ ਅੰਦਰ ਪੈਦਾ ਕੀਤੀ ਜਾ ਰਹੀ ਐ ਇੱਕ ਚੈੱਕ ਮੀਟ ਹੈ ਉਹਨਾਂ ਨੂੰ ਚੈੱਕ ਕਰਨ ਵਾਸਤੇ ਅਗਲੇ ਪਾਸੇ ਬੰਦੇ ਖੜੇ ਕੀਤੇ ਜਾ ਰਿਹਾ ਨਿਤਨ ਗੜਕਰੀ ਇੰਦਰਾ ਗਾਂਧੀ ਦੀਆਂ ਸਿਫਤਾਂ ਨਹੀਂ ਕਰ ਰਿਹਾ ਇਹਨਾਂ ਦੇ ਅੱਗੇ ਚੁਣੌਤੀ ਪੇਸ਼ ਕਰਨ ਵਾਸਤੇ ਜਿਹੜੇ ਅਗੇਤੇ ਪ੍ਰਬੰਧ ਆ ਤੁਸੀਂ ਸਮਝ ਲਓ ਕਿ ਉਹ ਕਰਦਾ ਬਿਲਕੁਲ ਸਹੀ ਵੈਸੇ ਨਿਤਨ ਗੜਕਰੀ ਸਾਹਿਬ ਪਹਿਲਾਂ ਪ੍ਰਧਾਨ ਵੀ ਰਹੇ ਨਾ ਭਾਜਪਾ ਦੇ ਆ ਦੋ ਵਾਰ ਹੀ ਪ੍ਰਧਾਨ ਰਹੇ ਭਾਜਪਾ ਦੇ ਪਰ ਜਦੋਂ ਪ੍ਰਧਾਨ ਹੁੰਦੇ ਸੀ ਅਖੜਪਣਾਓ ਚ ਵੀ ਬਹੁਤ ਸੀ ਪਰ ਸਭ ਅਗਲੀ ਗੱਲ ਮੈਂ ਪੁੱਛਣੀ ਚਾਹਣਾ ਤੁਹਾਨੂੰ ਕਿ ਭਾਜਪਾ ਦੇ ਕੈਂਪ ਹੀ ਨਹੀਂ ਯੂਪ ਤੋਂ ਤੇ ਉਹਨਾਂ ਨੇ ਕਹਿੰਦੇ ਮੰਦਰ ਦੇ ਵਿੱਚ ਪਾਰਟੀ ਕੀਤੀ ਚੇ ਲੋ ਮੰਦਰ ਚ ਪਾਰਟੀ ਕਰਨ ਲਈ ਕਿਸੇ ਨੂੰ ਇਤਰਾਜ਼ ਨਹੀਂ ਪਰ ਉਸ ਪਾਰਟੀ ਚ ਕਹਿੰਦੇ ਸ਼ਰਾਬ ਦਾ ਸੇਵਨ ਹੋਇਆ ਤੇ ਰੌਲਾ ਵਾਵਾ ਪਿਆ ਇਹਨੂੰ ਕਿਵੇਂ ਦੇਖਦੇ ਆਂ ਦੇਖੋ ਜਿਹੜਾ ਉਹ ਭਾਜਪਾ ਦਾ ਪਾਰਲੀਮੈਂਟ ਮੈਂਬਰ ਜਿਹਦਾ ਜ਼ਿਕਰ ਆਉਂਦਾ ਜੀ ਉਹ ਅੱਜ ਕੱਲ ਭਾਜਪਾ ਦਾ ਅੱਛਾ ਜੀ ਇਹ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨਾਲ ਵੀ ਰਹ ਚੁੱਕਾ ਜੀ ਪਹਿਲਾਂ ਕਾਂਗਰਸ ਨਾਲ ਵੀ ਰਹ ਚੁੱਕਾ ਅੱਛਾ ਜੀ ਅਗਲੀ ਵਾਰੀ ਕਿੱਥੇ ਨਾ ਹੋਵੇਗਾ ਮੈਨੂੰ ਪਤਾ ਨਹੀਂ ਅੜੀ ਕਾਂਗੇ ਕਿ ਨਵਾਂ ਪੱਟਾ ਕਢ ਲਾਉਂਦਾ ਜੀ ਉਹ ਬੰਦਾ ਇੱਕ ਖਾਸ ਵਪਾਰਕ ਕਾਰੋਬਾਰੀ ਭਾਈਚਾਰਾ ਹਿੰਦੂਆਂ ਦੇ ਵਿੱਚ ਹੈਗਾ ਜੀ ਉਸ ਭਾਈਚਾਰੇ ਦਾ ਲੀਡਰ ਤੇ ਉਹਨਾਂ ਦਾ ਉੱਤਰ ਪ੍ਰਦੇਸ਼ ਦਾ ਸਟੇਟ ਲੈਵਲ ਦਾ ਲੀਡਰ ਹੈ ਉਹ ਜੀ ਉਹਨੇ ਪਾਰਟੀ ਕੀਤੀ ਪੂੜੀਆਂ ਵਰਤਾਈਆਂ ਘੜਾ ਵਰਤਾਇਆ ਤੇ ਬਾਅਦ ਵਿੱਚ ਪਤਾ ਲੱਗਾ ਕਿ ਸ਼ੀਸ਼ੀਆਂ ਵਰਤਾਈਆਂ ਗਿਆ ਤੇ ਉਹਨਾਂ ਸ਼ੀਸ਼ੀਆਂ 'ਚ ਸ਼ਰਾਬ ਸੀ ਜੀ ਰੌਲਾ ਪੈ ਰਿਹਾ ਉਹਦਾ ਕੀ ਉਹ ਕਹਿ ਦੂਗਾ ਜੀ ਮੈਂ ਨਹੀਂ ਵਰਤਾਈ ਪਤਾ ਨਹੀਂ ਮੇਰੇ ਕੋ ਸੇਵਕਾਂ ਚ ਆ ਕੇ ਵਰਤਾ ਗਿਆ ਹੋਊਗਾ ਕਦੇ ਵੀ ਕੋਈ ਐਮਪੀ ਆਪਣੇ ਸਿਰ ਇਦਾਂ ਦੀ ਜ਼ਿੰਮੇਵਾਰੀ ਲੈਂਦਾ ਨਹੀਂ ਹੁੰਦਾ ਜੀ ਅਸੀਂ ਪਿਛਲੇ ਸਮੇਂ ਚ ਵੀ ਵੇਖਿਆ ਇਹਨਾਂ ਸਾਰਿਆਂ ਨੇ ਆਪਣੇ ਨਾਲ ਕੁਝ ਨਾ ਕੁਝ ਬੰਦੇ ਰੱਖੇ ਹੁੰਦੇ ਅਸੀਂ ਤਾਂ ਇਹ ਵੀ ਵੇਖਿਆ ਕਿ ਜੇ ਕਿਸੇ ਐਮਪੀ ਦੇ ਉੱਤੇ ਕਤਲ ਦਾ ਦੋਸ਼ ਆ ਜੇ ਜੀ ਐਮਪੀ ਆਪਣੀ ਜਮਾਨਤ ਕਰਾ ਦਿੰਦਾ ਤੇ ਮੁੜ ਕੇ ਉਹ ਕਹਿੰਦਾ ਜੀ ਇਹ ਡਰਾਈਵਰ ਸੀ ਕੀਤਾ ਤੇ ਨੇ ਉਹ ਮੈਨੂੰ ਨਹੀਂ ਪਤਾ ਆਪਣੇ ਨਾਲ ਦੋ ਤਿੰਨ ਬੰਦੇ ਇਹੋ ਜਿھے ਰੱਖੇ ਹੁੰਦੇ ਆ ਕਿ ਜੇ ਅਭੀ ਨਬੀ ਹੋਵੇ ਤੇ ਤੁਸੀਂ ਭੁਗਤਿਓ ਮੈਂ ਬਾਹਰ ਰਵਾਂਗਾ ਜੀ ਇਹ ਬੰਦਾ ਪਿਛਲੇ ਸਾਲ ਤੱਕ ਸਮਾਜਵਾਦੀ ਪਾਰਟੀ 'ਚ ਸੀ। ਪਿਛਲੇ ਸਾਲ ਮੁੰਡੇ ਨੂੰ ਟਿਕਟ ਦਿਵਾਤੀ ਬੀਜੇਪੀ ਤੋਂ। ਫਿਰ ਮੁੰਡੇ ਨੇ ਮੰਤਰੀ ਬਣਾਉਣਾ ਸੀ ਉਧਰ ਚਲਾ ਗਿਆ। ਜੀ। ਜਦੋਂ ਇਹ ਸਮਾਜਵਾਦੀ ਪਾਰਟੀ 'ਚ ਹੁੰਦਾ ਸੀ, ਜਦੋਂ ਇਹ ਕਾਂਗਰਸ ਪਾਰਟੀ 'ਚ ਹੁੰਦਾ ਸੀ। ਉਦੋਂ ਇਹ ਬੀਜੇਪੀ ਦੇ ਖਿਲਾਫ ਇੰਨਾ ਤਿੱਖਾ ਬੋਲਦਾ ਸੀ, ਇੰਨਾ ਤਿੱਖਾ ਬੋਲਦਾ ਸੀ। ਜੀ। ਕਈ ਵਾਰੀ ਬੀਜੇਪੀ ਵਾਲਿਆਂ ਨੇ ਪਾਰਲੀਮੈਂਟ 'ਚ ਰੌਲਾ ਪਾਇਆ ਸੀ ਕਿ ਗਲਤ ਬੋਲਦਾ। ਇਥੋਂ ਤੱਕ ਕਿ ਇਹਨੇ ਭਗਵਾਨ ਰਾਮਚੰਦਰ ਤੇ ਸੀਤਾ ਜੀ ਬਾਰੇ ਤੇ ਹੋਰ ਨਾਲ ਬਾਰੇ ਵੀ ਕਈ ਕੁਝ ਕਹਿ ਦਿੱਤਾ ਸੀ। ਜੀ। ਉਦੋਂ ਭਾਜਪਾ ਵਾਲੇ ਕਹਿੰਦੇ ਸੀ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ ਹੁਣ ਉਹੋ ਹੀ ਬੰਦਾ ਆਪਣੀ ਪਾਰਟੀ ਚ ਤੇ ਉਹਨੂੰ ਇੰਨੀ ਖੁੱਲ ਮਿਲ ਗਈ ਹੈ ਕਿ ਉਹ ਆਪਣੇ ਇੱਕ ਪਰਿਵਾਰਕ ਰਸਮ ਦੇ ਸਬੰਧ ਵਿੱਚ ਮੰਦਰ ਵਿੱਚ ਪਾਰਟੀ ਕਰੇ ਮੰਦਰ ਵਿੱਚ ਪਾਰਟੀ ਕਰਨ ਨਾਲ ਕੋਈ ਔਖਾ ਕੰਮ ਨਹੀਂ ਹੁੰਦਾ ਜੀ ਸਾਡੇ ਇੱਥੇ ਅੱਜ ਕੱਲ ਇਹ ਰਿਵਾਜ ਬਣ ਗਿਆ ਕਿ ਕਈ ਥਾਵਾਂ ਤੇ ਬਰਾਤਾਂ ਸਿੱਧੀਆਂ ਗੁਰਦੁਆਰੇ ਚ ਆ ਜਾਂਦੀਆਂ ਨੇ ਗੁਰਦੁਆਰੇ ਦੇ ਵਿੱਚ ਉਹਨਾਂ ਨੂੰ ਚਾਹ ਪਾਣੀ ਛਕਾਇਆ ਜਾਂਦਾ ਸਮੋਸੇ ਵੀ ਖਵਾਏ ਜਾਂਦੇ ਆ ਬੁੰਦੀ ਤੇ ਬਰਫੀ ਵੀ ਹੁੰਦੀ ਹੈ ਉਸ ਤੋਂ ਬਾਅਦ ਲਾਵਾ ਕਰਕੇ ਤੇ ਫਿਰ ਉਹ ਪੈਲਸ ਉਹ ਜਾਂਦੇ ਆ। ਇਹ ਤਾਂ ਕੋਈ ਗਲਤ ਗੱਲ ਨਹੀਂ। ਪਰ ਮੰਦਰ ਦੇ ਵਿੱਚ ਧਾਰਮਿਕ ਸਥਾਨ 'ਤੇ ਉਹ ਬੰਦਾ ਸ਼ਰਾਬ ਵੀ ਵਰਤਾਜਵੇ ਤੇ ਭਾਜਪਾ ਦੇ ਲੀਡਰ ਉੱਥੇ ਨਾਲ ਆ ਕੇ ਸ਼ਾਮਲ ਹੋਏ ਹਣ। ਜੀ। ਮੀਡੀਆ ਸਾਰਾ ਵੇਖਦਾ ਹੋਵੇ ਤੇ ਮੰਦਰ ਦੇ ਪੁਜਾਰੀ ਚੁੱਪ ਕੀਤੇ ਰਹਿਣ। ਕੀ ਕਿਸੇ ਵੀ ਇੱਕ ਵੀ ਹੋਰ ਪਾਰਟੀ ਦੇ ਇੱਕ ਵੀ ਹੋਰ ਲੀਡਰ ਨੇ ਇਹ ਕੁਝ ਕੀਤਾ ਹੁੰਦਾ? ਤੇ ਭਾਜਪਾ ਬਰਦਾਸ਼ਤ ਕਰ ਲਿੰਦੀ? ਜੀ। ਉਹਦੇ ਨਾਲ ਜੁੜੇ ਆਰਐਸਐਸ ਵਾਲੇ ਬਰਦਾਸ਼ਤ ਕਰ ਲਿੰਦੇ। ਆ ਜਿਹੜੇ ਰਾਜ ਤੁਰੇ ਜਾਂਦੇ ਭੈਣ ਭਰਾ ਨੂੰ ਵੀ ਜਹਾਦ ਵਾਲੇ ਪ੍ਰੇਮੀ ਕਹਿ ਕੇ ਕੁੱਟ ਦਿੰਦੇ ਆ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਾਰੀ ਮੀਆਂ ਬੀਵੀ ਨੂੰ ਇਕੱਠਿਆਂ ਜੀ ਫੜ ਕੇ ਲਿਜਾ ਕੇ ਕਹਤਾ ਸੀ ਇਹ ਪ੍ਰੇਮੀ ਨਹੀਂ ਉਹ ਕਹਿੰਦੇ ਸਾਡੇ ਤਾਂ ਬੱਚੇ ਵੀ ਅਸੀਂ ਵਿਆਹੀ ਹੋਏ ਆ ਤੇ ਠਾਣੇ ਬਿਠਾਤੇ ਸੀ ਕੁੱਟ ਕੇ ਜੀ ਜਿਹੜੇ ਉੱਤਰ ਪ੍ਰਦੇਸ਼ ਚ ਇੰਨਾ ਕੁਝ ਹੁੰਦਾ ਪਿਆ ਸੀ ਭਾਜਪਾ ਦੇ ਐਮਪੀ ਦੀ ਵਾਰੀ ਉਹ ਸਾਰਾ ਕੁਝ ਚੁੱਪ ਕਿੱਦਾਂ ਹੋ ਗਿਆ ਹੂੰ ਇਹਦਾ ਮਤਲਬ ਕਿ ਹਾਥੀ ਦੇ ਦੰਦ ਖਾਣਦੇ ਹੋਰ ਵਿਖਾਉਣ ਦੇ ਹੋਰ ਹੁੰਦੇ ਆ ਤੇ ਇਹ ਜਿਹੜੀਆਂ ਕੱਟੜਪੰਥੀ ਜਥੇਬੰਦੀਆਂ ਜੀ ਉਹ ਵੀ ਇਹ ਵਿਤਕਰਾ ਕਰਦੀਆਂ ਕਿ ਆਪਣਾ ਬੰਦਾ ਗਲਤੀ ਕਰੇ ਤੇ ਕੋਈ ਨਹੀਂ ਤੇ ਪਰਾਇਆ ਕਰੇ ਤੇ ਰਗੜ ਦਿਓ ਧਾਰਮਿਕ ਪੱਖ ਤੋਂ ਵਿਹਾਰ ਪਤਾ ਨਹੀਂ ਕਿਉਂ ਇੱਕ ਧਰਮ ਦੂਜਾ ਧਰਮ ਤੀਜਾ ਧਰਮ ਚੌਥਾ ਧਰਮ ਪੰਜਵਾਂ ਧਰਮ ਜਿੰਨੇ ਵੀ ਧਰਮ ਆ ਇਹਨਾਂ ਦੇ ਧਾਰਮਿਕ ਸਥਾਨਾਂ 'ਚ ਆਮ ਆਦਮੀ ਤੇ ਖਾਸ ਆਦਮੀ 'ਚ ਵਿਤਕਰਾ ਕੀਤਾ ਜਾਂਦਾ ਫਿਰ ਇਹ ਧਾਰਮਿਕ ਸਥਾਨ ਕਦੇ ਰਹਿਗੇ ਜਿੱਥੇ ਵਿਤਕਰਾ ਹੀ ਹੁੰਦਾ ਜੀ ਧਾਰਮਿਕ ਸਥਾਨ ਦੇ ਵਿੱਚ ਤਾਂ ਵਿਤਕਰਾ ਹੋਣਾ ਹੀ ਨਹੀਂ ਚਾਹੀਦਾ ਪਰ ਬਦਕਿਸਮਤੀ ਹੈ ਕਿ ਇਹਨਾਂ ਸਾਰੇ ਸਮਾਂ ਤੇ ਵਿਤਕਰਾ ਹੁੰਦਾ ਔਰ ਉਸ ਵਿਤਕਰੇ ਨੂੰ ਪਹਿਲਾਂ ਤੇ ਵਿਤਕਰਾ ਇਹ ਹੁੰਦਾ ਸੀ ਕਿ ਉੱਚੀ ਜਾਤ ਤੇ ਨੀਵੀਂ ਜਾਤ ਦੇ ਨਾਂ ਤੇ ਵਿਤਕਰਾ ਜੀ ਹਾਲਾਂਕਿ ਆਉਣ ਲੱਗਿਆ ਕੋਈ ਪਰਮਿਟ ਲੈ ਕੇ ਨਹੀਂ ਆਇਆ ਕਿ ਮੈਂ ਉੱਚੀ ਜਾਤ ਚ ਜਾਣਾ ਕਿ ਨੀਵੀਂ ਜਾਣਾ ਜੀ ਜੀ ਫਿਰ ਇਹ ਵਿਤਕਰਾ ਸ਼ੁਰੂ ਹੋ ਗਿਆ ਕਿ ਔਰਤ ਤੇ ਮਰਦ ਕੁਝ ਮੰਦਰ ਆ ਜਿਨ੍ਹਾਂ ਚ ਔਰਤਾਂ ਨਹੀਂ ਜਾਣ ਦੇਣੀਆਂ ਕੁਝ ਉਹ ਜਿਨ੍ਹਾਂ ਚ ਬਰਤ ਨਹੀਂ ਜਾਣਦੇ ਨੇ ਕੁਝ ਉਹ ਜਿਹੜੇ ਸਾਧ ਜੰਪ ਹੈ ਜਿਨ੍ਹਾਂ ਨੇ ਕਹਿਤਾ ਸਾਰੀ ਉਮਰ ਔਰਤ ਦੇ ਮੱਥੇ 'ਤੇ ਨਹੀਂ ਲੱਗਣਾ ਇਹ ਵੀ ਵਿਤਕਰਾ ਸੀ ਹੁਣ ਇਹ ਵੀ ਇੱਕ ਹਾਲਤ ਬਣ ਗਈ ਆ ਕਿ ਸਿਆਸੀ ਬੰਦੇ ਮੰਦਿਰਾਂ ਦੀਆਂ ਧਾਰਮਿਕ ਰੌ ਰੀਤਾਂ ਨੂੰ ਉਹਨਾਂ ਦੀਆਂ ਰਸਮਾਂ ਨੂੰ ਉਹਨਾਂ ਦੀ ਮਰਿਆਦਾ ਨੂੰ ਤੋੜ ਕੇ ਤੇ ਮੰਦਿਰ ਵਿੱਚ ਵੀ ਆਹ ਕੁਝ ਕਰ ਜਾਣ ਜੀ ਤੇ ਫਿਰ ਇਹ ਤਾਂ ਕਾਬੇ 'ਚ ਕੁਫਰ ਤੁਲਦਾ ਵਾਲੀ ਗੱਲ ਬਣ ਗਈ ਆ ਜਿਹੜਾ ਕੋਈ ਲੋਕਾਂ ਨੂੰ ਪੜਾਇਆ ਜਾ ਰਿਹਾ ਉਹ ਕਿੱਥੇ ਆ ਬਿਲਕੁਲ ਸਹੀ ਉਸਾਰੀ ਸ਼ਰਧਾ ਇਹ ਆਖਣਾ ਕਿ ਅਸੀਂ ਯੂਪੀ ਚਾਹ ਨਹੀਂ ਹੁੰਦਣਾ ਉਹ ਨਹੀਂ ਹੁੰਦਣਾ ਇੱਥੇ ਧਾਰਮਿਕਤਾ ਚੱਲੇਗੀ ਹਿੰਦੂਤਾ ਆ ਜਦੋਂ ਆਪਣਾ ਬੰਦਾ ਕਰਦਾ ਉਹਦੀ ਬਾਰੇ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਜਿਸ ਢੰਗ ਨਾਲ ਖਬਰ ਆਈ ਔਰ ਖਬਰ ਖਾਸ ਤੌਰ ਤੇ ਉਸ ਰਾਜ ਤੋਂ ਆਈ ਆ ਜਿਹੜੇ ਰਾਜ ਦਾ ਮੁੱਖ ਮੰਤਰੀ ਵੀ ਇੱਕ ਧਾਰਮਿਕ ਮੱਠ ਦਾ ਸਵਾਮੀ yogi dityanath ਹੈ ਉਹਦੇ ਨਾਲ ਕਈ ਲੋਕਾਂ ਦੇ ਮਨ ਨੂੰ ਠੇਸ ਲੱਗੀ ਹੋਵੇਗੀ ਕਿ ਇਹ ਕੀ ਹੁੰਦਾ ਪਿਆ ਉਹ ਸਾਰੇ ਸਮਝਦੇ ਹੋਣਗੇ ਵੀ ਹੋਰ ਜੋ ਮਰਜ਼ੀ ਹੁੰਦਾ ਘਟੋ ਘਟ ਆਹ ਕੰਮ ਨਹੀਂ ਸੀ ਹੋਣਾ ਚਾਹੀਦਾ ਬਿਲਕੁਲ ਸਹੀ ਪਰ ਸਾਬ ਆਖਰੀ ਸਵਾਲ ਮੈਂ ਪਾਕਿਸਤਾਨ ਨਾਲ ਸੰਬੰਧਿਤ ਪੁੱਛਣਾ ਚਾਹੁੰਦਾ ਆ ਪਾਕਿਸਤਾਨ ਦੇ ਵਿੱਚ ਅਦਾਲਤੀ ਕਾਰਵਾਈ ਬੜੀ ਤੇਜ਼ ਚੱਲੀ ਜਾਂਦੀ ਹੈ ਜੀ ਨਵਾਸ਼ ਸ਼ਰੀਫ ਸਾਹਿਬ ਅੰਦਰ ਨੇ ਉਹਨਾਂ ਦਾ ਕੇਸ ਵੀ ਚੱਲੀ ਜਾਂਦਾ ਹੁਣ ਸ਼ਾਇਦ ਜ਼ਰਦਾਰੀ ਹੋਣਾ ਨੂੰ ਘੇਰਨ ਦੀ ਕੋਸ਼ਿਸ਼ ਵੀ ਚੱਲਣ ਲੱਗ ਪਈ ਤੇ ਮੁਸ਼ਰਫ ਸਾਹਿਬ ਨੂੰ ਬਾਹਰੋਂ ਬੁਲਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਇਹ ਸਾਰਾ ਕੁਝ ਕਿਵੇਂ ਆ ਮੁਸ਼ਰਫ ਤਾਂ ਇਹ ਪਤਾ ਸੀ ਕਿ ਮੇਰੇ ਨਾਲ ਕੀ ਹੋਣਾ ਉਦੋਂ ਭੱਜ ਗਿਆ ਸੀ ਜੀ ਉਹ ਇੰਨੀ ਗੱਲ ਕਹਿ ਕੇ ਮੇਰੀ ਮਾਂ ਬਿਮਾਰ ਹੈ ਮੈਂ ਦਾ ਇਲਾਜ ਕਰਾਉਣਾ ਇੱਕ ਵਾਰੀ ਦੇਸ਼ ਤੋਂ ਬਾਹਰ ਨਿਕਲ ਗਿਆ ਮੁੜ ਕੇ ਨਹੀਂ ਆਇਆ ਜਦੋਂ ਇੱਥੇ ਸੀ ਤੇ ਅਦਾਲਤ ਵਿੱਚ ਪੇਸ਼ ਹੋਇਆ ਤੇ ਜੱਜ ਨੇ ਆਖਿਆ ਸੀਗਾ ਕਿ ਉਹਨੂੰ ਗ੍ਰਿਫਤਾਰ ਕਰ ਲਓ ਕਟਾਰੇ ਦੇ ਵਿੱਚੋਂ ਨਿਕਲ ਕੇ ਭੱਜਿਆ ਪੁਲਿਸ ਮਗਰ ਭੱਜੀ ਸਾਬਕਾ ਜਰਨੈਲ ਫੌਜ ਦਾ ਭੱਜਾ ਜਾਂਦਾ ਤੇ ਪਿੱਛੇ ਵਕੀਲ ਨਾਰੇ ਲਾਉਂਦੇ ਸੀ ਕੌਣ ਭਾਗਾ ਕੌਣ ਭਾਗਾ ਗਿੱਦੜ ਭਾਗਾ ਗਿੱਦੜ ਭਾਗਾ ਜੀ ਉਹ ਬੰਦਾ ਦੇ ਮੁੜ ਕੇ ਉੱਥੋਂ ਵੜਿਆ ਨੀਗਾ ਥੋੜੇ ਦਿਨ ਇੱਕ ਫਾਰਮ ਹਾਊਸ ਦੇ ਵਿੱਚ ਕੈਦ ਰਿਆ ਸੀ ਫਾਰਮ ਹਾਊਸ ਵੀ ਇਹਦਾ ਆਪਣਾ ਸੀ ਜਿੱਥੇ ਸਾਰੀਆਂ ਸਹੂਲਤਾਂ ਸੀ ਉਦੋਂ ਬਾਦ ਨਹੀਂ ਆ ਫਿਰ ਨਿਵਾਜ਼ ਸ਼ਰੀਫ ਸੀ ਇਹਦੀ ਵਾਰੀ ਆ ਗਈ ਮਸ਼ਰਫ ਨੂੰ ਤੇ ਹਿਸੇ ਨੇ ਤਾੜਿਆ ਸੀ ਇਹ ਫਸ ਗਿਆ ਇਹ ਕਹਿੰਦਾ ਸੀ ਕੁਝ ਵੀ ਨਹੀਂ ਹੋਣਾ ਅਦਾਲਤ ਵਿੱਚ ਜਾ ਕੇ ਸਾਰਾ ਕੁਝ ਝੂਠ ਸਾਬਤ ਹੋ ਜਾਣਾ ਮੈਂ ਬੇਗਨਾਬਰੀ ਹੋਊਗਾ ਇਹਨੂੰ ਵੀ ਸਜ਼ਾ ਹੋ ਗਈ ਤੇ ਤੈਨੂੰ ਵੀ ਹੋ ਗਈ ਮੁੰਡੇ ਦੋਵੇਂ ਭਗੌੜੇ ਨੇ ਜੀ ਉਹਨ ਸ਼ਰੀਫ ਪਰਿਵਾਰ ਸ਼ਰੀਫ ਆ ਸਾਰੇ ਨਾ ਦਾ ਹੀ ਆਹੋ ਬਸ ਸ਼ਰੀਫੋਂ ਕਾ ਜ਼ਮਾਨੇ ਮੈਂ ਅਜੀ ਹਬਸ ਹਾਲ ਕਿ ਆਹ ਹਾਲ ਜੀ ਹੁਣ ਤੀਸਰੇ ਬੰਦੇ ਦੀ ਵਾਰੀ ਆ ਗਈ ਆਸਿਫ ਲਈ ਜ਼ਰਦਾਰੀ ਇਹ ਆਸਿਫ ਅਲੀ ਜ਼ਰਦਾਰੀ 100 ਪਵਾੜਿਆਂ ਦੀ ਜਨ ਗਿਣਿਆ ਜਾਂਦਾ ਪਾਕਿਸਤਾਨ 'ਚ ਜੀ ਜਦੋਂ ਬੇਨजीर 부ਟੋ ਪ੍ਰਧਾਨ ਮੰਤਰੀ ਹੁੰਦੀ ਸੀ ਦੂਜੀ ਵਾਰੀ ਪ੍ਰਧਾਨ ਮੰਤਰੀ ਬਣੀ ਇਹ ਉਹਦਾ ਪਤੀ ਸੀ ਸਾਰੇ ਪਾਕਿਸਤਾਨ ਦੇ ਵਿੱਚ ਇਹਦਾ ਨਾਮ ਮਿਸਟਰ 10% ਚੱਲਦਾ ਸੀ ਜੀ ਕਿਉਂਕਿ ਜਿਹੜੀ ਫਾਈਲ ਇਹਦੇ ਕੋਲ ਜਾਣੀ ਹੁੰਦੀ ਸੀ ਬੇਨजीर ਕੋਲ ਪ੍ਰਧਾਨ ਮੰਤਰੀ ਕੋਲ ਇਹ ਕਹਿੰਦਾ ਸੀ ਤੁਹਾਡਾ ਪ੍ਰੋਜੈਕਟ ਪਾਸ ਹੋਵੇ ਤੁਹਾਡਾ ਪ੍ਰੋਜੈਕਟ ਪਾਸ ਨਾ ਹੋਵੇ ਮੇਰਾ 10% ਪਿੱਲਾ ਰੱਖ ਦਿਓ ਜਿੱਦਾਂ ਲੱਗੀ ਦਰਵਾਜ਼ੇ ਤੇ ਖਲੋ ਕੇ ਲੈਂਦੇ ਤੇ ਜਿੱਦਾਂ ਨਹੀਂ ਦਰਿਆ ਸੀ ਜੀ ਬਾਅਦ ਵਿੱਚ ਬੇਨਜੀਰ ਦਾ ਕਤਲ ਹੋ ਗਿਆ ਕਚੂਨ ਮਹਿਮ ਦੇ ਦੌਰਾਨ ਉਹਦੇ ਮਗਰੋਂ ਪਾਰਟੀ ਇਹਦੀ ਦੂਸਰੀਆਂ ਤੋਂ ਅੱਗੇ ਲੰਘ ਗਈ ਸਰਕਾਰ ਬਣ ਗਈ ਇਹ ਰਾਸ਼ਟਰਪਤੀ ਬਣ ਗਿਆ ਜੀ ਸਾਰੇ ਕਹਿੰਦੇ ਸੀ ਪ੍ਰਧਾਨ ਮੰਤਰੀ ਵੱਧ ਤਾਕਤਵਰ ਹੁੰਦਾ ਹੈ ਪ੍ਰਧਾਨ ਮੰਤਰੀ ਕਿਉਂ ਨਹੀਂ ਬਣਿਆ ਤੇ ਮੈਂ ਉਸੇ ਦਿਨ ਦੂਰਦਰਸ਼ਨ ਤੇ ਕਹਿ ਦਿੱਤਾ ਸੀ ਕਿ ਗਿਣਮਿਤ ਕੇ ਪ੍ਰਧਾਨ ਮੰਤਰੀ ਨਹੀਂ ਬਣਿਆ ਕਿਉਂਕਿ ਪ੍ਰਧਾਨ ਮੰਤਰੀ ਤੇ ਕੇਸ ਚੱਲ ਸਕਦਾ ਜੀ ਇਹਦੇ ਖਲਾਬ ਕਰਾਪਸ਼ਨ ਦੇ ਕੇਸ ਬੜੇ ਆ ਤੇ ਇਹਨੂੰ ਇਹ ਕਿ ਮੈਂ ਜੇ ਰਾਸ਼ਟਰਪਤੀ ਬਣ ਜਾਵਾਂ ਤੇ ਰਾਸ਼ਟਰਪਤੀ ਕੰਸਟੀਚੂਸ਼ਨਲ ਹੈੱਡ ਹੁੰਦਾ ਉਹਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ ਜਾਨ ਪੁੱਜ ਕੇ ਬਣਿਆ ਰਾਸ਼ਟਰਪਤੀ ਬਣ ਗਿਆ ਸੀ ਔਰ ਏਸੇ ਨੇ ਜਨਰਲ ਮੁਸ਼ਰਫ ਨਾਲ ਸਮਝੌਤਾ ਕੀਤਾ ਸੀ ਕਿ ਮੈਨੂੰ ਪਤਾ ਕਿ ਮੇਰੀ ਘਰ ਵਾਲੀ ਦੇ ਕਤਲ ਕੇਸ ਦੇ ਵਿੱਚ ਤੇਰਾ ਨਾਂ ਆਉਂਦਾ ਤੂੰ ਰਾਸ਼ਟਰਪਤੀ ਸਾਹਿਬ ਤੂੰ ਮਰਵਾਈ ਆ ਸਾਰਾ ਪਾਕਿਸਤਾਨ ਆਕੀ ਜਾਂਦਾ ਤੇ ਮੈਂ ਤੇਰੇ ਖਿਲਾਫ ਇਨਕੁਆਇਰੀ ਨਹੀਂ ਖੋਲੂੰਗਾ ਤੂੰ ਮੈਨੂੰ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਾਰਾ ਕੁਝ ਮੇਰੀ ਮਰਜ਼ੀ ਮਤਲਬ ਕੋ ਬਣਨ ਦੇ ਤੂੰ ਪਾਸੇ हट ਜਾ ਤੇ ਉਹ ਸਮਝੌਤਾ ਨੇ ਨਿਭਾਇਆ ਜਿੰਨਾ ਚਿਰ ਤੱਕ ਅਦਾਸਫਲੀ ਜ਼ਦਾਈ ਦਾ ਰਾਜ ਸੀ مشرف ਨੂੰ کس نے کچھ آکھیا ہی نہیں جدوں نواز شریف ਦਾ ਰਾਜ ਆਇਆ ਤੇ مشرف ਦੀਆਂ ਦੌੜਾਂ ਲੱਗੀਆਂ ਫਿਰ ਉਹ ਭੱਜ ਗਿਆ ਹੁਣ نواز شریف ਵੀ ਹੈ ਨਹੀਂ ਇਹਦਾ ਰਾਜ ਵੀ ਹੈ ਨਹੀਂ مشرف ਦਾ ਵੀ ਨਹੀਂ عمران خان ਆ ਗਿਆ جی عمران خان ਨੂੰ ਅਸੀਂ ਹਾਲ ਦੀ ਘੜੀ ਕੋ ਬਹੁਤਾ ایمان ਖਾਨ ਨਾ ਕੀਏ ਅਜੇ عمران ਤੋਂ ایمان ਬਣਦਾ ਕਿ ਨਹੀਂ ਬਣਦਾ ਉਹ ਸਮਾਂ ਦੱਸੂ ਪਰ ਮੁੱਢਲੇ ਤੌਰ ਤੇ ਉਹਨੇ ਕਹਿਤਾ ਮੈਂ ਅਦਾਲਤੀ ਕੰਮਾਂ 'ਚ ਦਖਲ ਨਹੀਂ ਦੇਣਾ نواز شریف ਤੇ ਉਹਦੀ ਧੀ ਨੂੰ ਕੈਦ ਹੋ ਗਈ ਬਾਕੀਆਂ ਦੇ ਕੇਸ ਦੇਜ ਕਰ ਦਿੱਤੇ ਗਏ ਜੀ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਜਿਹੜਾ ਕੇਸ ਦਬਿਆ ਪਿਆ ਸੀ ਬੜੇ ਚਿਰ ਦਾ ਉਹਦੇ ਨੂੰ ਸੁਣਵਾਈ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤੀ ਗਈ ਔਰ ਉਹ ਕੇਸ ਇਸ ਤਰ੍ਹਾਂ ਦੇ ਆ ਜਿਹੜੇ ਕੇਸ ਨੇ ਇੱਕ ਵਾਰੀ ਆਸਿਫ ਅਲੀ ਜ਼ਰਦਾਰੀ ਦੀ ਪਾਰਟੀ ਦੇ ਪ੍ਰਧਾਨ ਮੰਤਰੀ ਦੀ ਵੀ ਬਲੀ ਲਈ ਸੀ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਸੀ ਤੋ ਆਪਣੇ ਰਾਸ਼ਟਰਪਤੀ ਨੂੰ ਗ੍ਰਿਫਤਾਰ ਕਰ ਜੀ ਤੇ ਪ੍ਰਧਾਨ ਮੰਤਰੀ ਹੁੰਦਾ ਸੀ ਯੂਸਫ ਰజా ਗਿਲਾਨੀ ਉਹ ਕਹਿੰਦਾ ਜੀ ਮੈਂ ਇਹਨੂੰ ਗ੍ਰਿਫਤਾਰ ਨਹੀਂ ਕਰ ਸਕਦਾ ਇਹ ਕਨਸਟੀਟਿਊਸ਼ਨਲ ਹੈਡਿਆ ਜੀ ਸੁਪਰੀਮ ਕੋਰਟ ਨੇ ਆਖਿਆ ਸਾਡਾ ਹੁਕਮ ਹੈ ਕਹਿੰਦਾ ਮੈਂ ਨਹੀਂ ਮੰਨਣਾ ਉਹਨਾਂ ਨੂੰ ਸਜ਼ਾ ਦੇ ਦਿੱਤੀ ਸਜ਼ਾ ਸਿਰਫ 22 ਸੈਕਿੰਡ ਦੀ ਸੀ ਜੇ ਨੁਕਰ ਵਿੱਚ ਬਿਠਾ ਦਿੱਤਾ ਸੀ ਅਗਲੇ ਦਿਨ ਦੂਜਾ ਕੇਸ ਪੇਸ਼ ਹੋ ਗਿਆ ਕਿ ਕੀ ਸਜ਼ਾ ਯਾਪਤਾ ਬੰਦਾ ਪ੍ਰਧਾਨ ਮੰਤਰੀ ਹੋ ਸਕਦਾ ਸੁਪਰੀਮ ਕੋਰਟ ਨੇ ਆਖਿਆ ਨਹੀਂ ਹੂੰ ਉਹਨਾਂ ਆਖਿਆ ਜੀ 22 ਸੈਕਿੰਡ ਦੀ ਸਜ਼ਾ ਹੋ ਸਕਦੀ ਹੈ ਕਿ ਹੋ ਸਕਦੀ ਹੈ ਜੇ 22 ਸੈਕਿੰਡ ਦੀ ਸਜ਼ਾ ਹੋ ਸਕਦੀ ਹੈ ਤੇ ਯੂਸਫ ਰਜਾ ਗਲਾਨੀ ਕਿਉਂਕਿ 22 ਸਾਲ ਅਦਾਲਤ ਦੀ ਕੈਦ ਵਿੱਚ ਰਿਹਾ ਸੋਰੀ 22 ਸੈਕਿੰਡ ਜੀ ਜੀ 22 ਸੈਕਿੰਡ ਕੈਦ ਰਿਹਾ ਇਸ ਕੱਕੇ ਨੂੰ ਆਖੋ ਕੁਰਸੀ ਟੁੱਟ ਜੇ ਆਸਿਫ ਅਲੀ ਜ਼ਿੰਦਾਰੀ ਰਾਸ਼ਟਰਪਤੀ ਬਣਾ ਰਿਆ ਜਿਹੜਾ ਕਰਪਟ ਸੀ ਪਰ ਉਹਦੀ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਗੱਦੀ ਛੱਡਣੀ ਪੈ ਗਈ ਸੀ ਹੁਣ ਵਾਰੀ ਲੱਗਦਾ ਹੈ ਕਿ ਉਹਦੀ ਵੀ ਆਉਣ ਲੱਗੀ ਆ ਵਾਰੀ ਵਾਰੀ ਇੱਕ ਇੱਕ ਕਰਕੇ ਫਸਦੇ ਜਾ ਰਹੇ ਜੀ ਪਰ ਸਭ ਤੋਂ ਇਹ ਸਮਾਂ ਕੱਢਿਆ ਕਰ ਲਮਾਤ ਆ ਸੰਜੇ ਕੀਤੇ ਬਹੁਤ ਧੰਨਵਾਦ ਤੁਹਾਡਾ ਜੀ ਅਸਾਂ ਨਾਲ ਹੀ ਅਪਾ ਇਸ ਪ੍ਰੋਗਰਾਮ ਨੂੰ ਅੱਥੀ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਪ੍ਰਾਈਮੇਸ਼ਾ ਟੀਵੀ ਦੇ ਪ੍ਰੋਗਰਾਮਾਂ ਨੂੰ ਤੁਸੀਂ ਇਸ ਤਰ੍ਹਾਂ ਪਿਆਰ ਮੁਹੱਬਤ ਕਰਦੇ ਰਹੋਗੇ ਇਹਨਾਂ ਪ੍ਰੋਗਰਾਮਾਂ ਨੂੰ ਜੇ ਤੁਸੀਂ YouTube ਤੇ ਦੇਖੋ ਤਾਂ ਐਜ਼ ਇਟ ਇਜ਼ YouTube ਦਾ ਲਿੰਕ ਤੁਸੀਂ WhatsApp ਵਗੈਰਾ ਗਰੁੱਪਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਜੀ ਉਹ ਕਾਪੀਰਾਈਟ ਦੇ ਦਾਇਰੇ 'ਚ ਨਹੀਂ ਆਉਂਦਾ ਫਿਲਹਾਲ ਦੇ ਇਜਾਜ਼ਤ ਗੁਰਪ੍ਰੀਤ ਸੰਧਵਾਲੀ ਨੂੰ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ